ਇਕ ਕਾਰ ਬੁਲਟ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਈ ਹੈ ਜਿਸ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਭਿਆਨਕ ਹਾਦਸਾ ਅਮ੍ਰਿਤਸਰ ਜਲੰਧਰ ਦੇ ਮੁੱਖ ਮਾਰਗ ਤੇ ਵਾਪਰਿਆ ਹੈ ਜਿੱਥੇ ਰਈਆ ਦੇ ਨੇੜੇ ਪਹਿਲਾਂ ਇੱਕ ਕਾਰ ਬਾਈਕ ਦੇ ਵਿੱਚ ਵੱਜਦੀ ਹੈ ਤੇ ਉਧਰੋਂ ਇੱਕ ਬੁਲਟ ਵੀ ਇਸ ਕਾਰ ਦੇ ਵਿੱਚ ਆ ਵੱਜਦਾ ਹੈ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਕਾਰ ਸੜਕ ਦੇ ਕੰਢੇ ਜਾ ਕੇ ਪਲਟ ਜਾਂਦੀ ਹੈ ਬੁਲਟ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਤਾਂ ਉਧਰ ਬਾਈਕ ਚਾਲਕ ਜਿਸ ਨੂੰ ਸਭ ਤੋਂ ਜ਼ਿਆਦਾ ਸੱਟਾਂ ਲੱਗਦੀਆਂ ਨੇ ਤਾਂ ਉਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਸੜਕ ਤੇ ਪਲਟੀ ਹੋਈ ਕਾਰ ਦੇਖ ਕੇ ਤੁਸੀਂ ਉਸ ਦਾ ਹਾਲ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟੱਕਰ ਕਿੰਨੀ ਜ਼ੋਰਦਾਰ ਰਹੀ ਹੋएगी ਉਧਰ ਬੁਲਟ ਜਿਹੜਾ ਆ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਸੱਟਾ ਬੁਲਟ ਚਾਲਕ ਨੂੰ ਵੀ ਲੱਗੀਆਂ ਨੇ ਦੂਜੇ ਪਾਸੇ ਬਾਈਕ ਸਵਾਰ ਜੋ ਇਸ ਹਾਦਸੇ ਦੀ ਚਪੇਟ ਚ ਆਇਆ ਉਸ ਦਿਤਾ ਥਾਂ ਹੀ ਜਾਨ ਨਿਕਲ ਗਈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ লাশ ਨੂੰ ਕਬਜ਼ੇ ਚ ਲਿਆਏ ਤੇ ਨੁਕਸਾਨੇ ਗਏ ਵਾਹਨ ਵੀ ਜ਼ਬਤ ਕਰ ਲਏ ਗਏ ਨੇ ਤਿਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰੇ ਹਾਦਸਾ ਵਾਪਰੀ ਕਿਵੇਂ ਹੈ ਇਸ ਵਿੱਚ ਗਲਤੀ ਕਿਸ ਦੀ ਹੈ ਕਾਰ ਚਾਲਕ ਤੇ ਬੁਲਟ ਚਾਲਕ ਦੋਨੋਂ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਬਾਈਕ ਸਵਾਰ ਦੀ ਥਾਂ ਹੀ ਮੌਤ ਹੋ ਗਈ ਹੈ ਜਿਸ ਦੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਇੱਕ ਕਾਰ ਬੁਲਟ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਈ ਹੈ ਜਿਸ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਹਾਦਸਾ ਅਮ੍ਰਿਤਸਰ ਜਲੰਧਰ ਦੇ ਮੁੱਖ ਮਾਰਗ ਤੇ ਵਾਪਰਿਆ ਹੈ ਜਿੱਥੇ ਰਈਆ ਦੇ ਨੇੜੇ ਪਹਿਲਾਂ ਇੱਕ ਕਾਰ ਬਾਈਕ ਦੇ ਵਿੱਚ ਵੱਜਦੀ ਹੈ ਤੇ ਉਦੋਂ ਇੱਕ ਬੁਲਟ ਵੀ ਇਸ ਕਾਰ ਦੇ ਵਿੱਚ ਆ ਵੱਜਦਾ ਹੈ। ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਕਾਰ ਸੜਕ ਦੇ ਕੰਢੇ ਜਾ ਕੇ ਪਲਟ ਜਾਂਦੀ ਹੈ। ਬੁਲਟ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਤਾਂ ਉਦੋਂ ਬਾਈਕ ਚਾਲਕ ਜਿਸ ਨੂੰ ਸਭ ਤੋਂ ਜ਼ਿਆਦਾ ਸੱਟਾਂ ਲੱਗਦੀਆਂ ਨੇ ਤਾਂ ਉਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਸੜਕ ਤੇ ਪਲਟੀ ਹੋਈ ਕਾਰ ਦੇਖ ਕੇ ਤੁਸੀਂ ਉਸ ਦਾ ਹਾਲ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟੱਕਰ ਕਿੰਨੀ ਜ਼ੋਰਦਾਰ ਰਹੀ ਹੋएगी। ਉਧਰ ਬੁਲਟ ਜਿਹੜਾ ਆ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਸੱਟਾ ਬੁਲਟ ਚਾਲਕ ਨੂੰ ਵੀ ਲੱਗੀਆਂ ਨੇ। ਦੂਜੇ ਪਾਸੇ ਬਾਈਕ ਸਵਾਰ ਜੋ ਇਸ ਹਾਦਸੇ ਦੀ ਚਪੇਟ ਚਾਇਆ ਉਸ ਦਿਤਾ ਥਾਂ ਹੀ ਜਾਨ ਨਿਕਲ ਗਈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ। লাশ ਨੂੰ ਕਬਜ਼ੇ ਚ ਲਿਆ ਹੈ ਤੇ ਨੁਕਸਾਨੇ ਗਏ ਵਾਹਨ ਵੀ ਜ਼ਬਤ ਕਰ ਲਏ ਗਏ ਨੇ। ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਰੇ ਹਾਦਸਾ ਵਾਪਰਿਆ ਕਿਵੇਂ ਹੈ ਤੇ ਇਸ ਵਿੱਚ ਗਲਤੀ ਕਿਸ ਦੀ ਹੈ। ਕਾਰ ਚਾਲਕ ਤੇ ਬਾਈਕ ਚਾਲਕ ਦੋਨੋਂ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਬਾਈਕ ਸਵਾਰ ਦੀ ਥਾਂ ਹੀ ਮੌਤ ਹੋ ਗਈ ਹੈ ਜਿਸ ਦੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ।